मान सरकार के खिलाफ टीचरों का बड़ा रोष देखने को मिला है। तस्वीरें हम आपको दिखा रहे हैं जहां पर जबरदस्त प्रदर्शन मान सरकार के खिलाफ किया गया और लेटर भी जलाए गए। आपको बता दें कच्चे मुलाजमों की यूनियन की तरफ से ये धरना प्रदर्शन किया गया। तस्वीरें आप देख सकते हैं, भारी संख्या में टीचरों ने मान सरकार के खिलाफ प्रदर्शन किया। ਇਹਦਾ ਕਾਰਨ ਇਹ ਹੈ ਜਿਹੜੇ ਸਿੱਖਿਆ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਮੰਤਰੀ ਸਾਹਿਬ ਨੇ ਪ੍ਰੋਗਰਾਮ ਕੀਤਾ ਗਾ ਪੱਕੇ ਕੀਤੇ ਨੇਗੇ, ਉਹਨਾਂ ਵਿੱਚੋਂ ਕੋਈ ਵੀ ਅਧਿਆਪਕ ਪਹਿਲੀ ਗੱਲ ਤਾਂ ਹੈ ਵੀ ਪੱਕਾ ਨਹੀਂ ਕੀਤਾ। ਪੱਕਾ ਜਿਹੜਾ ਕੱਚਾ ਸ਼ਬਦ ਹੈ ਉਹ ਕਹਿ ਰਹੇ ਨੇ ਵੀ ਹਟਾ ਦਿੱਤਾ ਗਾ, ਪਰ ਸਾਡੇ ਨਾਲ ਜਿਹੜਾ ਕੱਚਾ ਸ਼ਬਦ ਹੈ ਉਹ ਅੱਜ ਵੀ ਜੁੜਿਆ ਹੋਇਆ ਹੈਗਾ। ਉਹ ਟੀਚਰ ਨੇ ਜਿਹੜੇ ਉਹਨਾਂ ਦੀ ਮੰਗ ਹੈ ਸ਼ਾਇਦ ਤਨਖਾਹ ਵਾਧੇ ਦੀ ਹੋਈ ਸੀਗੀ, ਪਰ ਸਾਡੀ ਮੰਗ ਕਦੇ ਵੀ 18 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਤੋਂ ਤਨਖਾਹ ਵਾਧੇ ਦੀ ਨਹੀਂ ਰਹੀ। ਸਾਡੀ ਮੰਗ ਹਮੇਸ਼ਾ ਰੈਗੂਲਰ ਦੀ ਰਹੀ ਹੈ ਅਤੇ ਅੱਜ ਵੀ ਸਾਡੀ ਮੰਗ ਹੈ ਜਿਹੜੀ ਉਹ ਰੈਗੂਲਰ ਦੀ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡੇ 'ਤੇ ਸਾਰੇ CSR ਜਿਹੜੇ ਰੂਲ ਨੇ ਉਹ ਲਾਗੂ ਕਰਕੇ ਸਾਨੂੰ ਆਰਡਰ ਦਿੱਤਾ। ਹਰ ਇੱਕ ਮੀਡੀਆ ਨੂੰ ਦੱਸ ਰਿਹਾ ਕਿ ਸਾਡਾ ਮਸਲਾ ਸਿਰ ਪੱਕੇ ਹੁੰਦਾ। ਦੂਸਰੀ ਗੱਲ ਸਰ, ਸਾਨੂੰ ਦੇਖੋ ਸਾਰਾ ਜਿਹੜਾ ਟਾਈਮ ਵਕਤ ਰਹਿ ਗਿਆ, ਸਰ ਕਹਿ ਰਹੇ ਨੇ ਕਿ ਤੁਹਾਨੂੰ ਪੱਕਾ ਕਰਾਂਗੇ, ਤੁਹਾਨੂੰ ਆਰਡਰ ਦੇ ਤੇ ਨੇ, ਤੁਹਾਨੂੰ ਪੱਕਾ ਵੀ ਕਰਾਂਗੇ, ਪਰ ਮੈਨੂੰ ਐਂ ਦੱਸੋ ਸਰ ਪੱਕੇ ਦਾ ਟਾਈਮ ਸਾਡਾ ਕਿੰਨਾ ਕੀ ਰਹਿ ਗਿਆ? ਸਾਡੇ ਤਾਂ ਸਰ 8-10 ਸਾਲ ਰਹਿ ਗਏ ਨੇ, 20 ਸਾਲ ਸਾਨੂੰ ਸਰ ਰੌਲਾ ਪਾਉਂਦੇ ਰਹਿ ਗਏ, 8-10 ਸਾਡੇ ਸਾਲ ਰਹਿ ਗਏ ਨੇ, ਹਾਲੇ ਵੀ ਸਰ ਕਹਿ ਰਹੇ ਨੇ ਪੱਕਾ ਪੱਕਾ। ਸਾਨੂੰ ਫਿਰ ਵੀ ਖੁਸ਼ੀ ਦੀ ਆਸ ਸੀਗੀ ਜਦ 5 ਸਪਤੰਬਰ ਉਹਨਾਂ ਨੇ ਐਲਾਨ ਕੀਤਾ ਕਿ ਤੁਹਾਨੂੰ ਅਸੀਂ ਪੱਕੇ ਕਰਾਂਗੇ, ਠੀਕ ਹੈ ਸਰ। ਅਸੀਂ ਉਵੇਂ ਹੀ ਇੱਥੇ ਬੈਠ ਬੈਠ ਕੇ ਐਂਡ ਜਦ ਸਾਡਾ ਆਇਆ ਤਾਂ ਸਾਨੂੰ 33% ਸਾਨੂੰ ਤਿੱਗਣਾ ਵੀ ਨਾ ਸਾਡਾ ਵਾਧਾ ਕਰਕੇ ਦੁੱਗਣਾ ਕੀਤਾ ਗਿਆ ਸਰ। ਦੇਖੋ ਕਿੰਨੀ ਇੱਕ ਡਿਪਰੈਸ਼ਨ ਦੀ ਗੱਲ ਆ ਸਾਡੇ ਵਾਸਤੇ। ਅਸੀਂ ਪੂਰੇ ਦੇ ਪੂਰੇ ਟੀਚਰ ਇੰਨੇ ਡਿਪਰੈਸ਼ਨ ਦੇ ਵਿੱਚ ਹਾਂ ਕਿ ਅਸੀਂ ਕੀ ਦੱਸੀਏ, 20 ਸਾਲ ਦੇ ਵੀ ਸਾਡਾ ਸਿਰਫ 23,000 ਹੀ ਹੈ ਸਰ। ਇਹ ਸੋਚਣ ਵਾਲੀ ਗੱਲ ਹੈ ਸਰ, ਸਿਰਫ 23,000 ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਕੋਈ ਉਹਦੇ ਨਾਲ ਕੋਈ ਰੂਲ ਰੈਗੂਲੇਸ਼ਨ ਨਹੀਂ, ਕੋਈ CSSR ਰੂਲ ਨਹੀਂ, ਕੋਈ ਕੁਛ ਨਹੀਂ ਸਰ। ਸਰ ਦੇਖੋ ਸਾਡਾ ਸੰਘਰਸ਼ ਤਾਂ ਇਸ ਤਰ੍ਹਾਂ ਹੀ ਜਾਰੀ ਰਹੂਗਾ ਜਦ ਤੱਕ ਅਸੀਂ ਰੈਗੂਲਰ ਨਹੀਂ ਹੁੰਦੇ, ਠੀਕ ਹੈ। ਸਾਡੇ ਪੇ ਤਿੱਗਣੀ ਨਹੀਂ ਕੀਤੀ ਗਈ, ਉਹ ਵੀ ਸਾਡਾ ਨਾਲ ਹੀ ਹੈ, ਅਤੇ ਸਾਡਾ ਇੱਕ ਇਹ ਹੈ ਕਿ ਸਾਨੂੰ ਰੈਗੂਲਰ ਫਟਾਫਟ ਛੇਤੀ ਤੋਂ ਛੇਤੀ ਕੀਤਾ ਜਾਵੇ ਸਰ। ਹਾਂਜੀ ਸਰ, ਇਹ ਨਹੀਂ ਪਤਾ ਕਿ ਹੁਣ ਜਿਹੜੇ ਸਾਡੇ ਰਹਿੰਦੇ ਸਾਲ ਨੇ ਕਿ ਅਸੀਂ ਹੁਣ ਕਿਸ ਤਰ੍ਹਾਂ ਇਹਨੂੰ ਅਸੀਂ ਕਿੱਡਾ ਵੱਡਾ ਐਕਸ਼ਨ ਲਈਏ, ਸ਼ਾਇਦ ਸਾਡਾ ਐਕਸ਼ਨ ਇਸ ਤੋਂ ਵੀ ਖਤਰਨਾਕ ਹੋਣਗੇ, ਸਾਡੇ ਕੁਰਬਾਨੀਆਂ ਹੋਣਗੀਆਂ ਸਰ। ਸ਼ਾਇਦ ਸਰਕਾਰ ਇਹੀ ਮੰਗਦੀ ਹੈ, ਕੁਰਬਾਨੀਆਂ ਹੀ ਮੰਗਦੀ ਹੈ, ਤਾਂ ਮੈਨੂੰ ਲੱਗਦਾ ਕਿ ਤਾਂ ਹੀ ਸਾਨੂੰ ਫਤਿਹ ਹਾਸਲ ਹੋਵੇ। ਸਰ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਦੋਂ ਗੱਲ ਕਰਦੇ ਨੇ?